ਹੁਣ ਸਾਨੂੰ ਕਹਿ ਰਹੇ ਹੱਦ ਹੋ ਗਈ ਹੈ ਤੋ ਇੰਜਰ ਸੋ ਇਹ ਦੇਖੋ ਆ ਮੈਡਮ ਨੇ ਮੈਡਮ ਸਟਾਫ ਗਿਆ ਆ ਕੌਣ ਗਿਆ ਮੈਡਮ ਕੋਈ ਨਹੀਂ ਗਿਆ ਘੰਟਾ ਇਹ ਖਾਪਾ ਰਿਹਾ ਸੀ ਪਾਗਲ ਕੋਈ ਵੀ ਨਹੀਂ ਗਿਆ ਇਨਸਟਰੂਮੈਂਟ ਲੈ ਅਸੀਂ ਪਾਗਲ ਆ ਕੌਣ ਗਿਆ ਉਹ ਦੇਖੋ ਬਾਹਰ ਬਾਹਰ ਇਹਨੂੰ ਚਲਾ ਲੋ ਕਿੱਥੇ ਤੁਹਾਨੂੰ ਲੇਡੀ ਸੈਫਟੀ ਵੀ ਕਹਿ ਕੇ ਆ ਉਹ ਦੇਖੋ ਸਟਾਫ ਅੱਗੇ ਆ ਉਹ ਦੇਖੋ ਕਿਹੜਾ ਸਟਾਫ ਦਾ ਚਲੋ ਆਓ ਆਓ ਆ ਦੇਖੋ ਤੁਸੀਂ ਆ ਗਏ ਆਓ ਆਓ ਮੈਡਮ ਦੇਖੋ ਦਿਖਾਓ ਕਿਹੜਾ ਸਟਾਫ ਆ ਜਾ ਤੁਸੀਂ ਦੇਖੋ ਕਿਹੜਾ ਸਟਾਫ ਹੈ ਮੈਨੂੰ ਦਿਖਾਓ ਤੰਬੀ ਦਾ ਕਹਿੰਦਾ ਚਾਰ ਚਾਰ ਫੁੱਟ ਪਾਸ ਆ ਰਹੀ ਆ ਅਸੀਂ ਕਿਹੜਾ ਕੋਈ ਪੰਦਾ ਕਰ ਰਿਹਾ ਉਹ ਤਾਂ ਬੋਲ ਚੱਲ ਰਹੀ ਹੈ ਕੋਈ ਨਹੀਂ ਜਲੰਧਰ ਦੇ ਸਿਵਲ ਹਸਪਤਾਲ 'ਚ ਬੀਤੀ ਰਾਤ ਮਰੀਜ਼ ਦੇ ਪਰਿਵਾਰ ਵੱਲੋਂ ਅਤੇ ਹਸਪਤਾਲ ਦੇ ਸਟਾਫ ਵੱਲੋਂ ਖੂਬ ਹੰਗਾਮਾ ਕੀਤਾ ਗਿਆ। ਤੁਹਾਨੂੰ ਦੱਸ ਦਈਏ ਪੂਰਾ ਮਾਮਲਾ ਕੀ ਸੀ। ਦਰਅਸਲ ਵਾਰਡ ਦੇ ਬਾਹਰ ਹੀ ਇੱਕ ਗਰਭਵਤੀ ਮਹਿਲਾ ਦੀ ਡਿਲੀਵਰੀ ਹੋ ਗਈ। ਜੀ ਹਾਂ, ਇੱਕ ਗਰਭਵਤੀ ਮਹਿਲਾ ਨੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ। ਦੂਜੇ ਪਾਸੇ ਪਰਿਵਾਰ ਦਾ ਆਰੋਪ ਸੀ ਕਿ ਡਾਕਟਰਾਂ ਨੇ ਸਮੇਂ 'ਤੇ ਗਰਭਵਤੀ ਮਹਿਲਾ ਦਾ ਇਲਾਜ ਨਹੀਂ ਕੀਤਾ, ਜਿਸ ਦੌਰਾਨ ਮਹਿਲਾ ਦੀ ਬਾਹਰ ਹੀ ਡਿਲੀਵਰੀ ਹੋ ਗਈ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਮੈਡਮ ਜੀ ਆ ਜਾਓ, ਕੁੜੀ ਦੀ ਜਾਨ ਜਾ ਰਹੀ ਆ। ਬੱਚਾ ਦੇਖੋ ਜੀ ਬਾਹਰ ਹੋ ਗਿਆ ਨਾ, ਮੈਡਮ ਰੋਟੀ ਖਾ ਰਹੇ ਨੇ, ਕੋਈ ਰਿਸਪੋਂਸ ਨਹੀਂ ਹੈਗਾ, ਕੋਈ ਰਿਸਪੋਂਸ ਨਹੀਂ ਹੈਗਾ, ਸਾਰੇ ਰੋਟੀ ਖਾਣ 'ਚ ਬੀਜੀ ਹੋ, ਡੇਢ ਘੰਟੇ ਹੋ ਗਏ ਉੱਥੇ ਬਾਹਰ। ਦੇਖੋ ਬਾਹਰ ਡਿਲੀਵਰੀ ਹੋ ਗਈ ਮੈਡਮ, ਬਾਹਰ ਡਿਲੀਵਰੀ ਹੋਈ ਪਈ ਆ। ਦੇਖੋ ਲਾਈਵ ਦੇਖੋ, ਇਹ ਮੈਡਮ ਰੋਟੀ ਖਾ ਰਹੇ, ਸਾਨੂੰ ਘੰਟਾ ਹੋ ਗਿਆ ਇਹਨਾਂ ਨੂੰ ਕਹਿੰਦੇ। ਬਾਕੀ ਦੇਖੋ ਤੁਸੀਂ, ਦੇਖੋ ਤੁਸੀਂ ਤਮਾਸ਼ਾ ਇੱਥੇ ਇਹ ਦੇਖ ਲਓ ਜੀ, ਹੁਣ ਸਾਨੂੰ ਕਹਿ ਰਹੇ ਹੱਦ ਹੋ ਗਈ ਹੈ ਤੋ ਇੰਜਰ ਸੋ ਇਹ ਦੇਖੋ ਆ ਮੈਡਮ ਨੇ ਮੈਡਮ ਸਟਾਫ ਗਿਆ ਆ ਕੌਣ ਗਿਆ ਮੈਡਮ ਕੋਈ ਨਹੀਂ ਗਿਆ ਘੰਟਾ ਹੋ ਗਿਆ ਖਾਪਾ ਰਿਹਾ ਸੀ ਪਾਗਲ ਕੋਈ ਵੀ ਨਹੀਂ ਗਿਆ ਇਨਸਟਰੂਮੈਂਟ ਲੈ ਅਸੀਂ ਪਾਗਲ ਆ ਕੌਣ ਗਿਆ ਉਹ ਦੇਖੋ ਬਾਹਰ ਬਾਹਰ ਇਹਨੂੰ ਚਲਾ ਲੋ ਕਿੱਥੇ ਤੁਹਾਨੂੰ ਲੇਡੀ ਸੈਫਟੀ ਵੀ ਕਹਿ ਕੇ ਉਹ ਦੇਖੋ ਸਟਾਫ ਅੱਗੇ ਆ ਉਹ ਦੇਖੋ ਕਿਹੜਾ ਸਟਾਫ ਦਾ ਚਲੋ ਆਓ 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 ਦੇਖੋ ਤੁਸੀਂ ਆ ਗਏ ਆਓ ਆਓ ਮੈਡਮ ਦੇਖੋ ਦਿਖਾਓ ਕਿਹੜਾ ਸਟਾਫ ਆ ਜਾਓ ਤੁਸੀਂ ਦੇਖੋ ਕਿਹੜਾ ਸਟਾਫ ਹੈ ਮੈਨੂੰ ਦਿਖਾਓ ਆਓ ਤੁਸੀਂ ਸਟਾਫ ਦਿਖਾਓ ਆਪਣਾ ਜਿਹੜੇ ਉੱਥੇ ਖੜੇ ਬੰਦੇ ਉਹੀ ਹੈ ਸਟਾਫ ਤੁਹਾਡਾ ਕੋਈ ਵੀ ਨਹੀਂ ਆਇਆ ਹੈਗਾ ਤੁਹਾਨੂੰ ਤਿੰਨ ਵਾਰੀ ਆਵਾਜ਼ ਦੇ ਕੇ ਸਾਰੇ ਆ ਗਏ ਉੱਥੇ ਸਾਰੇ ਤੁਹਾਨੂੰ ਬੁਲਾਉਣਗੇ ਕੋਈ ਨਹੀਂ ਆਇਆ ਤੁਸੀਂ ਬਾਅਦ ਤੁਸੀਂ ਰੋਟੀ ਖਾ ਰਹੇ ਟਾਈਮ ਹੈ ਜੀ ਤੁਹਾਡਾ ਇਹ ਤੁਹਾਡਾ ਲੰਚ ਟਾਈਮ ਹੈ ਘਰੋਂ ਰੋਟੀ ਨਹੀਂ ਖਾ ਕੇ ਆਉਂਦੇ ਮੈਡਮ ਤੁਸੀਂ ਮੈਡਮ ਘਰੋਂ ਰੋਟੀ ਨਹੀਂ ਖਾ ਕੇ ਆਉਂਦੇ ਜਵਾਬ ਦਿਓ ਮੈਡਮ ਘਰੋਂ ਰੋਟੀ ਨਹੀਂ ਖਾ ਕੇ ਆਉਂਦੇ ਕੀ ਨਾਮ ਹੈ ਤੁਹਾਡਾ ਕੀ ਸਿਵਲ ਹਸਪਤਾਲ ਦੇ ਕੀ ਦਿੱਕਤ ਹੋਈ ਹੈ ਕੀ ਡਾਕਟਰ ਨਾਲ ਗੱਲ ਹੋਈ ਭਾਅ ਜੀ ਮੇਰਾ ਨਾਮ ਗੌਤਮ ਕੁਮਾਰ ਹੈ ਮੈਂ ਬੱਸੀ ਗੁਜਰ ਦਾ ਰਹਿਣ ਵਾਲਾ ਹਾਂ ਮੇਰੇ ਸਾਲੇ ਦੇ ਘਰ ਗੋਟੀ ਨੂੰ ਬੱਚਾ ਹੋਣ ਵਾਲਾ ਸੀਗਾ ਉਹਦਾ ਮੈਨੂੰ ਫੋਨ ਆਇਆ 6 ਵਜੇ ਕਿੱਦਾਂ ਦਾ ਪ੍ਰੋਬਲਮ ਹੈ ਕਿ ਸਾਡਾ ਸਿਵਲ ਹਸਪਤਾਲ ਨਾਲ ਚੱਲ ਰਿਹਾ ਕਿ ਅਸੀਂ ਸਿਵਲ ਹਸਪਤਾਲ ਤੋਂ ਲੈ ਕੇ ਆ ਰਹੇ ਤੁਸੀਂ ਆ ਜਾਓ ਮੈਂ ਆ ਗਿਆ ਜਦੋਂ 6:30 ਵਜੇ ਅਸੀਂ ਲੈ ਕੇ ਪਹੁੰਚੇ ਹਾਂ ਇਹਨਾਂ ਵੀ ਇੱਦਾਂ ਦਾ ਪ੍ਰੋਬਲਮ ਹੈਗੀ ਹੈ ਕਹਿੰਦੇ ਕੋਈ ਗੱਲ ਨਹੀਂ ਤੁਹਾਡਾ ਬੱਚਾ ਨਾ ਕਿਉਂਕਿ ਡਿਲੀਵਰੀ ਸਾਨੂੰ ਅੱਜ ਹੀ ਕਰਨੀ ਪੈਣੀ ਕਿਉਂਕਿ ਲੇਡੀਜ਼ ਨੂੰ ਪ੍ਰੋਬਲਮ ਹੈਗੀ ਕੋਈ ਨਾ ਕੋਈ ਚਲੋ ਆਪਾਂ ਤਾਂ ਚੁੱਪ ਕਰ ਬੱਚਾ ਨਹੀਂ ਬੱਸ ਸਕਦਾ ਮੈਂ ਤਾਂ ਚਲੋ ਵਾਲੇ ਪਰਮਾਤਮਾ ਦਾ ਆਸ ਹੈ ਬੱਚਾ ਬਚੇ ਜਾਂ ਨਾ ਬਚੇ ਬਾਅਦ ਦੀ ਗੱਲ ਹੈ ਠੀਕ ਹੈ ਨਾ ਤੁਸੀਂ ਬਾਕੀ ਸਾਰੇ ਦੇਖ ਰੇਖ ਕਰੋ ਇਹਨਾਂ ਨੇ ਭਾਅ ਜੀ ਇੱਧਰ 6:30 ਤੋਂ ਲੈ ਕੇ 9:30 ਤੱਕ ਸਾਡੀ ਦੇਖ ਰੇਖ ਨਹੀਂ ਕੀਤੀ ਹਾਰ ਕੇ ਅਸੀਂ ਇਹਨਾਂ ਨੂੰ ਕਿਹਾ ਮੈਡਮ ਦਰਦ ਬਹੁਤ ਜ਼ਿਆਦਾ ਕੋਈ ਟੀਕਾ ਲਗਾ ਦਿਓ ਜਾਂ ਕੁਛ ਕਰੋ ਕਹਿੰਦੇ 12 ਤੁਸੀਂ ਬੋਲੋ ਨਾ ਜਿਹੜੇ ਬੈਡ ਦੇ ਪਏ ਆ ਇਹਨਾਂ ਨੇ ਉਹੀ ਬੈਡ ਦੀ ਡਿਲੀਵਰੀ ਦੇ ਦਿੰਦੀ ਆਪਾਂ ਟਾਈਮ 'ਤੇ ਦੇਣੀ ਹੈ ਮੈਡਮ ਮੈਡਮ ਤਾਂ ਤੁਸੀਂ ਕਹਿ ਰਹੇ ਸੀ ਕਿ ਦਰਦ ਬਹੁਤ ਹੋ ਰਹੀ ਹੈ ਅਤੇ ਸ਼ਾਮ ਤੱਕ ਹੋ ਜਾਏਗੀ ਪਰ ਕਿਉਂ ਹੋ ਰਹੀ ਜੇ ਨਹੀਂ ਹੋ ਰਹੀ ਤਾਂ ਟੀਕਾ ਦਰਦ ਰੋਕਣ ਦਾ ਕੁੜੀ ਦਾ ਨਾ ਬਿਰਤਾ ਹੋ ਰਹੀ ਹੈ ਕਹਿੰਦੇ ਨਹੀਂ ਜੀ ਮੈਂ ਕਰਦੇ ਕਰਦੇ ਉਹਨੇ ਸੈਰ ਕਰਾਓ ਅਸੀਂ ਸਟਿਚਰ 'ਤੇ ਪਾ ਕੇ ਹਵਾਲ ਵਾਲੇ ਸੈਰ ਕਰਾ ਲਏ ਅਤੇ ਉਹਨੇ ਭੁੰਜੇ ਕੁੜੀ ਨੇ ਡਿਲੀਵਰੀ ਦਿੱਤੀ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਵੀਡੀਓ ਹੈ ਜਿਹੜੀ ਕਿ ਅਸੀਂ ਚੁੰਨੀਆਂ ਲਾ ਕੇ ਡਿਲੀਵਰੀ ਕਰਾਈ ਪਲੱਸ ਆਪ ਬੱਚੇ ਨੂੰ ਚੱਕ ਕੇ ਜ਼ਮੀਨ ਤੋਂ ਲੈ ਕੇ ਆ ਰਹੇ ਹਾਂ ਉੱਪਰ ਅਤੇ ਹੁਣ ਉਹ ਸਾਨੂੰ ਕਹਿ ਰਿਹਾ ਨਿੱਕੂ ਪਾੜ ਦੇ ਵਿੱਚ ਬੱਚੇ ਦੀ ਜਗ੍ਹਾ ਨਹੀਂ ਹੈਗੀ ਇਹਦਾ ਹੁਣ ਦੱਸੋ ਕੀ ਕੀਤਾ ਜਾਵੇ ਤੁਹਾਡੀ ਗੱਲਬਾਤ ਹੋਈ ਡਾਕਟਰ ਕੀ ਕਹਿ ਰਹੇ ਡਾਕਟਰ ਇਹ ਜਵਾਬ ਦੇ ਰਹੇ ਆ ਕਿ ਬਸ ਬੱਚੇ ਨੂੰ ਹੋਰ ਕਿਤੇ ਕਰਨਾ ਸਰ ਡਾਕਟਰ ਜਿਹੜੇ ਮੌਜੂਦਾ ਹੈਗੇ ਆ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਜਿਹੜੇ ਬੱਚੇ ਦੇ ਪੇਸ਼ੈਂਟ ਹੈਗੇ ਜਾਂ ਉਹਦੇ ਫਾਦਰ ਹੈਗੇ ਉਹਨਾਂ ਤੋਂ ਅਸੀਂ ਆਪਣੀ ਡੈਲੀ ਦੇ ਉੱਤੇ ਮੁੱਦਾ ਲਿਖਾਇਆ ਹੋਇਆ ਲਿਖਾਇਆ ਹੈ ਕਿ ਬੱਚਾ ਤੁਹਾਡਾ ਬੱਚੇ ਜਾਂ ਨਾ ਬੱਚੇ ਤੁਸੀਂ ਆਪ ਜ਼ਿੰਮੇਦਾਰ ਹੋ ਉਹ ਬੰਦਾ ਕਹਿੰਦੇ ਸਾਡਾ ਦੋਨੋਂ 'ਚ ਇੱਕ ਹੀ ਬੱਚਾ ਚਾਹੀਦਾ ਅਸੀਂ ਕਹਿੰਦੇ ਸਾਡੀ ਕੋਲ ਜੀ ਅਸੀਂ ਸਾਡੀ ਭਾਬੀ ਬੱਚਣੀ ਚਾਹੀਦੀ ਹੈ ਕੋਈ ਬੱਚਾ ਪਰਮਾਤਮਾ ਫਿਰ ਦੇ ਦੂਗਾ ਜੋ ਵਾਹਿਗੁਰੂ ਮਨਜ਼ੂਰ ਹੋਏਗਾ
ਜਦ ਇਸ ਸੰਬੰਧੀ ਮੌਕੇ ਤੇ ਮੌਜੂਦ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਮਹਿਲਾ ਹਾਲੇ 6 ਮਹੀਨੇ ਦੀ ਗਰਭਵਤੀ ਸੀ ਤੇ ਉਸ ਨੂੰ ਉਸਦੇ ਪਰਿਵਾਰ ਵਾਲੇ ਸਾਡੇ ਤੋਂ ਪੁੱਛੇ ਬਿਨਾਂ ਹੀ ਸੈਰ ਕਰਨ ਲਈ ਬਾਹਰ ਲੈ ਗਏ ਤਾਂ ਇੱਕਦਮ ਹੀ ਉਸਦੀ ਲੇਬਰ ਪੈਣ ਸ਼ੁਰੂ ਹੋ ਗਈ। ਉਸ ਸਮੇਂ ਸਟਾਫ ਮਹਿਲਾ ਨੂੰ ਅੰਦਰ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਪਰ ਦਰਦਾਂ ਜ਼ਿਆਦਾ ਹੋਣ ਕਰਕੇ ਡਿਲੀਵਰੀ ਉੱਥੇ ਹੀ ਕਰਨੀ ਪਈ ਤੇ ਨਾਲ ਹੀ ਡਾਕਟਰ ਸਾਹਿਬ ਨੇ ਹੋਰ ਕੀ ਕਿਹਾ ਸੁਣੋ ਜ਼ਰਾ। ਕਿਆ ਨਾਮ ਹੈ ਆਪਕਾ? ਡਾਕਟਰ ਗੁਰਮੀਤ। ਮੈਡਮ ਅਭੀ ਹੰਗਾਮਾ ਹੁਆ, ਕਿਆ ਕਾਰਨ ਕਿਆ ਥਾ, ਵਜ਼ਾ ਕਿਆ ਥੀ? ਯੇ ਨਾ ਹਮਾਰੇ ਪਾਸ ਪੇਸ਼ੈਂਟ ਐਡਮਿਟ ਹੁਆ ਹੈ ਤਕਰੀਬਨ 7:15 ਵਜੇ। ਪੇਸ਼ੈਂਟ ਕੋ ਅਭੀ 6 ਮੰਥਸ ਕੀ ਪ੍ਰੈਗਨੈਂਸੀ ਥੀ ਔਰ ਉਸਕੋ ਪੇਨ ਸ਼ੁਰੂ ਹੋ ਗਈ ਥੀ, ਠੀਕ ਹੈ। ਪੇਸ਼ੈਂਟ ਕੋ ਜਬ ਐਡਮਿਟ ਕੀਆ ਤੋ ਹਮਨੇ ਉਨਕੋ ਬਤਾ ਦਿਆ ਥਾ ਕਿ ਪੇਸ਼ੈਂਟ ਕਾ ਟਾਈਮ ਬਹੁਤ ਕਮ ਹੈ ਔਰ ਹੋ ਸਕਤਾ ਹੈ ਯੇ ਬੱਚਾ ਜੋ ਹੈ ਵੋ ਬਚੇ ਨਾ, ਠੀਕ ਹੈ ਨਾ, ਕਿਉਂਕਿ ਬਹੁਤ ਜ਼ਿਆਦਾ ਪ੍ਰੀ ਟਰਮ ਹੈ ਤੋ ਇਸਕੋ ਸਾਰਾ ਰਿਸਕ ਐਕਸਪਲੇਨ ਕਰ ਦਿਆ ਥਾ ਉਨਕੋ ਯੇ ਵੀ ਬੋਲਾ ਥਾ ਕਿ ਅਗਰ ਆਪਨੇ ਕਿਸੀ ਔਰ ਹਾਸਪਿਟਲ ਮੇਂ ਬੜੇ ਹਾਸਪਿਟਲ ਮੇਂ ਸ਼ਿਫਟ ਕਰਨਾ ਜਾਂ ਫਿਰ ਪ੍ਰੀ ਟਰਮ ਬੱਚੋ ਕੀ ਫੈਸਿਲਿਟੀ ਹੋਏ ਤੋ ਆਪ ਸ਼ਿਫਟ ਕਰ ਸਕਦੇ ਹੋ। ਇਸ ਬਾਰੇ ਮੇਂ ਉਸ ਸੇ ਰਿਟਰਨ ਮੇਂ ਸਟੇਟਮੈਂਟ ਲੀ ਗਈ, ਉਸਕੇ ਹਸਬੈਂਡ ਨੇ ਰਿਟਰਨ ਮੇਂ ਲਿਖ ਕੇ ਦਿਆ ਹਮਕੋ ਕਿ ਹਮਕੋ ਬਤਾਇਆ ਗਿਆ ਕਿ ਹਮਾਰਾ ਬੱਚਾ ਜੋ ਹੈ ਬਹੁਤ ਕਮਜ਼ੋਰ ਹੈ, ਅਗਰ ਉਸਕੋ ਡਿਲੀਵਰੀ ਕੇ ਬਾਅਦ ਕੋਈ ਦਿੱਕਤ ਆਤੀ ਹੈ ਤੋ ਵੋ ਹਮਾਰੀ ਜ਼ਿੰਮੇਵਾਰੀ ਹੈ, ਠੀਕ ਹੈ। ਯੇ ਇਸ ਬਾਰੇ ਮੇਂ ਉਸਨੇ ਹਮਾਰੇ ਰਿਟਰਨ ਮੇਂ ਲਿਖ ਕੇ ਦਿਆ ਤੋ ਇਸ ਲਈ ਫਿਰ ਪੇਸ਼ੈਂਟ ਕੋ ਹਮਨੇ ਯਹਾਂ ਰੱਖੇ ਹੋਏ, ਠੀਕ ਹੈ। ਪੇਸ਼ੈਂਟ ਕੋ 9 ਵਜੇ ਚੈੱਕ ਕੀਆ ਗਿਆ ਥਾ, ਅਭੀ ਉਸਕੋ ਪੇਨਸ ਕਾਫੀ ਥੇ, ਉਸਕੋ ਦੁਬਾਰਾ ਰਿਸਕ ਐਕਸਪਲੇਨ ਕੀਆ ਥਾ ਔਰ ਪੇਸ਼ੈਂਟ ਕੋ ਬੋਲਾ ਥਾ ਕਿ ਹੋ ਜਾਏਗੀ ਡਿਲੀਵਰੀ ਲੇਕਿਨ ਅਭੀ ਟਾਈਮ ਲਗੇਗਾ। ਮੈਡਮ ਸਿਵਲ ਹਸਪਤਾਲ ਤੇ ਆਰੋਪ ਲੱਗ ਰਹੇ ਹੈ, ਆਪ ਤੇ ਆਰੋਪ ਲੱਗ ਰਹੇ ਹੈ ਕਿ ਜੋ ਡਿਲੀਵਰੀ ਹੋਈ ਹੈ ਬਾਹਰ ਹੋਈ ਹੈ, ਬਾਹਰ ਹੋਈ ਹੈ ਜਬ ਕੋਈ ਮੈਂ ਆਪਕੋ ਬਤਾ ਰਿਹਾ ਹਾਂ ਹਾਂਜੀ ਬਤਾਈ ਮੈਂ ਆਪਕੋ ਬਤਾ ਰਿਹਾ ਹਾਂ ਕਿ ਅਭੀ ਉਸਕੋ 9 ਵਜੇ ਹਮਨੇ ਚੈੱਕ ਕੀਆ ਥਾ ਤਬ ਅਭੀ ਟਾਈਮ ਥਾ, ਹਮਨੇ ਉਨਕੋ ਬੋਲਾ ਕਿ ਅਭੀ ਟਾਈਮ ਲਗੇਗਾ, ਆਪ ਵੇਟ ਕਰੋ ਬੈਡ ਪੇ ਰਹੋ। ਪੇਸ਼ੈਂਟ ਕੇ ਰਿਲੇਟਿਵਸ ਜੋ ਥੇ ਵੋ ਉਸਕੋ ਪੇਸ਼ੈਂਟ ਜੋ ਪੇਸ਼ੈਂਟ ਕਹਤੇ ਕਿ ਮੁਝੇ ਘਬਰਾਹਟ ਹੋ ਰਹੀ ਥੀ ਤੋ ਮੇਰੇ ਉਸਕੇ ਰਿਸ਼ਤੇਦਾਰ ਉਸਕੋ ਸੈਰ ਕਰਾਨੇ ਕੇ ਲੀਏ ਬਾਹਰ ਲੈ ਗਏ। ਸੈਰ ਕਰਾਨੇ ਕੇ ਕਿਉਂਕਿ ਬੱਚਾ ਬਿਲਕੁਲ ਛੋਟਾ ਥਾ, ਅਭੀ ਟਾਈਮ ਸੇ ਪਹਿਲੇ ਹੋ ਤੋ ਅਚਾਨਕ ਸੇ ਉਸਕੀ ਪੇਨ ਬਾਹਰ ਬੜ ਗਈ ਔਰ ਉਸਨੇ ਬੇਬੀ ਵੀ ਡਿਲੀਵਰ ਕਰ ਦਿੱਤੀ ਤੋ ਹਮਾਰੀ ਸਟਾਫ ਨਰਸਿਸ ਤਭੀ ਭਾਗ ਕੇ ਗਈ, ਬੱਚੇ ਕੀ ਕਾਰਡ ਬੱਚੇ ਕੋ ਉਸਕੀ ਜੋ ਨਾੜੂ ਸੇ ਅਲੱਗ ਕੀਆ ਕਾਟ ਕੇ ਬੱਚੇ ਕੋ ਔਰ ਮਾਂ ਕੋ ਦੋਨੋਂ ਅੰਦਰ ਲੈ ਕੇ ਆਏ। ਬੱਚੇ ਕਾ ਮਾਂ ਕਾ ਜੋ ਵੋ ਹੋਤਾ ਹੈ ਪਲੈਸੈਂਟਾ ਜਿਸਕੋ ਆਪ ਬੋਲਤੇ ਔਲ, ਵੋ ਵੀ ਲੇਬਰ ਰੂਮ ਕੇ ਅੰਦਰ ਹੀ ਨਿਕਾਲੀ ਗਈ, ਵੋ ਵੀ ਲੇਬਰ ਰੂਮ ਕੇ ਅੰਦਰ ਹੀ ਨਿਕਾਲੀ ਗਈ ਹੈ ਔਰ ਮਾਂ ਕੋ ਜੋ ਵੀ ਟ੍ਰੀਟਮੈਂਟ ਚਾਹੀਏ ਥਾ ਉਹ ਦਿਆ ਗਿਆ। ਮਾਂ ਔਰ ਬੱਚਾ ਠੀਕ ਹੈ, ਬੱਚੇ ਕੋ ਕਿਉਂਕਿ ਬੱਚੇ ਕੀ ਕਰਾਈ ਆ ਗਈ ਥੀ ਇਸ ਲਈ ਬੱਚਾ ਇਮੀਡੀਏਟਲੀ ਡੈਥ ਰਿਕਾਰਡ ਮੇਂ ਆਰੋਪ ਲੱਗੇ ਹੈ। ਜਬ मरीज के परिजनों ने आपको बताया, आपके स्टाफ नर्स ने बोला हम खाना खा रहे हैं, हम खाना खाने के बाद बाहर आएंगे। इस बारे में तो देखो मैं स्टाफ नर्स से आपसे आपको पूछ के बता सकती हूँ, ठीक है, कि उसने ऐसा कहा कि नहीं कहा, क्योंकि जो मेरी नॉलेज के अनुसार है कि जैसे ही उन्होंने बताया कि वहाँ डिलीवरी हो रही है तो स्टाफ नर्स भाग कर वहीं गई, क्योंकि अगर स्टाफ खाना खाती रहती है तो फिर बच्चे को अंदर कैसे लेके आती है। यानी कि उनकी तरफ से जो आरोप लगा रहे हैं वो निराधार है, बिल्कुल निराधार आरोप है, क्योंकि उनको बच्चे की कंडीशन के बारे में पहले ही पता था, ठीक है, और जब उनको पता था कि बच्चे को दर्द तेज है, ठीक है, तो मरीज को बाहर नहीं लेके जाना चाहिए। अब बच्चा और बच्चे की माँ की क्या कंडीशन है? बच्चा जो है इस समय पीडियाट्रिक वार्ड में, बच्चे बड़े डॉक्टर्स को देख रहे हैं, माँ बिल्कुल ठीक है, दोनों सही हैं। ये बच्चे का मैंने आपको बताया ना कि बच्चा बच्चों वाले वार्ड में है, वहाँ पे जो बच्चों वाले डॉक्टर है वो देख रहे हैं इसको। ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਸੀ। ਜਦ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਪੂਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੀ ਦੱਸਿਆ ਸੁਣੋ। ਇਨਫੋਰਮੇਸ਼ਨ ਮਿਲੀ ਸੀ ਕਿਆ ਆਪ ਮੌਕੇ 'ਤੇ ਕਿਆ ਵੈਰੀਫਿਕੇਸ਼ਨ ਕੀ? ਦੇਖੋ ਜੀ, ਸਿਵਲ ਹੋਸਪਿਟਲ ਜਲੰਧਰ ਜਿਹੜਾ ਹੈ ਉੱਥੋਂ ਆਪਾਂ ਨੂੰ ਪਤਾ ਲੱਗਾ ਸੀਗਾ ਵੀ ਉੱਥੇ ਕੋਈ ਹੰਗਾਮਾ ਹੋ ਰਿਹਾ ਵੀ ਕਿਸੇ ਆਪਣੇ ਲੇਡੀ ਦੀ ਆਪਣੀ ਡਿਲੀਵਰੀ ਸੀ ਉਹਦੇ ਬੱਚੇ ਦਾ ਕਰਕੇ ਪ੍ਰੋਬਲਮ ਆਈ ਅਤੇ ਮੈਂ ਇੱਥੇ ਪਹੁੰਚਿਆ ਇੱਥੇ ਐਸ ਪੀ ਓ ਠੀਕ ਹੈ। ਸਰ ਜਿਹੜੀ ਲੇਡੀਜ਼ ਨਾਲ ਡਿਲੀਵਰੀ ਹੋਈ ਸੀ ਉਹਦਾ ਕੀ ਨਾਮ ਹੈ, ਕਿੱਥੋਂ ਆਈ ਸੀ, ਕਿ ਡਿਲੀਵਰੀ ਹੋਈ ਕਿੱਥੇ? ਉਹਦਾ ਨਾਮ ਕੁਸ਼ਤੀ ਹੈ ਜੀ, ਉਹਦੇ ਆਪਣੇ ਘਰ ਵਾਲੇ ਦਾ ਨਾਮ ਰਾਹੁਲ ਹੈ ਅਤੇ ਤੁਹਾਡਾ ਰੋਡ। ਸਰ ਜਿਹੜੇ ਪੇਸ਼ੈਂਟ ਦੇ ਨਾਲ ਘਰ ਵਾਲੇ ਆਏ ਉਹਨਾਂ ਵੱਲੋਂ ਕੀ ਆਰੋਪ ਕੀ ਲਗਾਏ ਜਾ ਰਹੇ? ਉਹ ਤਾਂ ਇਹੀ ਗੱਲ ਕਹਿ ਰਹੇ ਕਿ ਆਪਣੇ ਬੱਚੇ ਨੂੰ ਸਾਡੇ ਨੂੰ ਆਪਣੇ ਜਿਹੜੀ ਆਪਣੀ ਲੇਡੀ ਆ ਉਹਨੂੰ ਐਡਮਿਟ ਨਹੀਂ ਕੀਤਾ ਅਤੇ ਜਿਹੜੇ ਬੱਚੇ ਆਪਣਾ ਡਿਲੀਵਰੀ ਬਾਹਰ ਹੋਈ। ਅਤੇ ਸਰ ਤੁਸੀਂ ਮੌਕੇ 'ਤੇ ਆਏ ਕਿ ਮੌਕੇ 'ਤੇ ਤੁਸੀਂ ਪੇਸ਼ੈਂਟ ਦੇ ਜਿਹੜੇ ਰਿਸ਼ਤੇਦਾਰਾਂ ਨਾਲ ਵੀ ਗੱਲ ਕੀਤੀ, ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ, ਵਿੱਚ ਦੀ ਮੁੱਢਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਕਾਰਵਾਈ ਵੈਰੀਫਾਈ ਕਰ ਰਹੇ ਹਾਂ ਜੀ, ਜੋ ਵੀ ਹੈਗਾ ਆਪਣੇ ਡਾਕਟਰ ਸਾਹਿਬ ਦੇ ਕੋਲੋਂ ਪਤਾ ਕਰਕੇ ਸਾਰਾ ਜੋ ਵੀ ਤੱਥ। ਸਰ ਜੋ ਵੀ ਤੱਥੇ ਸਾਹਮਣੇ ਆਉਣਗੇ ਚਾਹੇ ਡਾਕਟਰ ਸਾਹਿਬ ਹੋਣ ਚਾਹੇ ਪੇਸ਼ੈਂਟ ਦੇ ਜਿਹੜੇ ਹੰਗਾਮਾ ਕਰਦੇ ਨੇ, ਜਿਨ੍ਹਾਂ ਦੇ ਤੱਥੇ ਸਾਹਮਣੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਐਜ਼ ਪਰ ਲੋਅ ਕਾਰਵਾਈ।